ਮੋਲੀਫੈਕਸ ਮੋਲੀਫਲੈਕਸ ਦੇ ਵਿਖਾਓ ਉਹ ਮੋਲੀਫਲੈਕਸ ਨਹੀਂ ਮੋਨੀਫੈਕ ਲੈ ਮੋਲੀਫੈਕ ਇਹੀ ਜਿਹੜਾ ਤੁਸੀਂ ਕਹਿ ਰਹੇ ਹੋ ਇੱਕ ਮੋਲੀਫਿਕਸ ਉਹ ਕੋਈ ਹੋਈ ਇਹ ਹੈਲੋ ਆ ਜੇ ਮੋਨੀਫਿਕਸ ਆ ਵੇਖੋ ਇਹ ਪੈਕਟ ਜੀ ਤੁਸੀਂ ਵੇਖਣੇ ਨੇ ਕੱਪੜੇ ਥੋੜਾ ਜਿਹੜਾ ਮੈਂ ਤੁਹਾਨੂੰ ਖੋਲ ਕੇ ਵਿਖਾਉਣੇ ਆ ਇਹ ਪੈਕਟ ਜੀ ਹੁੰਦਾ ਵਾ ਬੜਾ ਅੱਛਾ ਪੈਂਪਰ ਆ ਅੱਛਾ ਪੈਂਪਰ ਉਹ ਦੇਣਾ ਹੈ ਕਿ ਜਿਹਦੇ 'ਚ ਮੇਂਗਣ ਬਾਹਰ ਨਾ ਜਾਵੇ ਮੇਂਗਣ ਬੱਕਰੀ ਨੂੰ ਲਗਾਉਣਾ ਤੁਸੀਂ ਬੱਚੇ ਨੇ ਨਾ ਫਿਰ ਸ਼ਰਾਰਤਾਂ ਕਰਦੇ ਹੀ ਰਹਿੰਦੇ ਨੇ ਤੁਹਾਨੂੰ ਪਤਾ ਹੀ ਹੈ ਪਹਿਲਾਂ ਬੱਚਾ ਸੁਣਿਆ ਜਿਹੜਾ ਮੇਂਗਣਾ ਕਰਦਾ ਕਿ ਪੈਂਪਰ 'ਚੋਂ ਮੇਂਗਣ ਬਾਹਰ ਨਾ ਜਾਵੇ ਉਹ ਬਾਜੀ ਕੀ ਹੋ ਗਿਆ ਤੁਹਾਨੂੰ ਤੁਸੀਂ ਕਿਹੜੀਆਂ ਗੱਲਾਂ ਕਰਨ ਡੇ ਹੋ ਹੋਰ ਕੋਈ ਅੱਛੀ ਕੁਆਲਿਟੀ ਦਾ ਕੋਈ ਹੋਰ ਕੋਈ ਸਾਰੀਆਂ ਅੱਛੀਆਂ ਕੁਆਲਿਟੀਆਂ ਨੇ ਤੁਹਾਨੂੰ ਕਿਹੜਾ ਚਾਹੀਦਾ ਉਹ ਮੈਨੂੰ ਦੱਸੋ ਇਹ ਕੈਨ ਬੇਬੀ ਦਾ ਜੇ ਸਭ ਨੂੰ ਅੱਛੀ ਕੁਆਲਿਟੀ ਜੀ ਇਹਦੀ ਇਹ ਵੇਖੋ ਇਹ ਨੇਕ ਤਾਂ ਨਹੀਂ ਕਰਦਾ ਚੋਣਾਂ ਤਾਂ ਨਹੀਂ ਉਹ ਜਦੋਂ ਤੁਸੀਂ 12 ਘੰਟੇ ਬੱਚੇ ਨੂੰ ਲਾਈ ਰੱਖਣਾ 13 ਘੰਟੇ ਫਿਰ ਤਾਂ ਨੀਕ ਕਰੇਗਾ ਇਹ 6-7 ਘੰਟੇ ਨਹੀਂ ਨੀਕ ਹੁੰਦਾ ਬੜਾ ਅੱਛਾ ਮੈਨੂੰ 8-10 ਘੰਟੇ ਵਾਲਾ ਚਾਹੀਦਾ ਜਿਹੜਾ ਕੋ 8-10 ਘੰਟੇ ਦਿਹਾੜਾ ਮਤਲਬ ਬੱਚਿਆਂ ਦਾ ਲੰਘ ਜਾਵੇ ਆਰਾਮ ਨਾਲ ਇੱਕ ਪੈਂਪਰ ਉਹ ਨਹੀਂ ਫਿਰ ਰੈਸ਼ਸ ਹੋ ਜਾਂਦੇ ਨੇ ਪੈਂਪਰ ਤਾਂ ਤੁਸੀਂ ਲਾਈ ਰੱਖੋ 12 ਘੰਟੇ ਵੀ ਫਾਇਦਾ ਨਹੀਂ ਆ ਨਹੀਂ ਉਹ ਵਿਖਾਓ ਜਿਹੜਾ ਕੋਈ 10-12 ਘੰਟੇ ਬੱਚੇ ਨੂੰ ਲੱਗਾ ਰਵੇ ਬੱਚਤ ਕਿਤੇ ਦੇਖੀ ਦੀ ਹੁੰਦੀ ਹੈ ਨਾ ਉਹ ਬੱਚਤ ਤਾਂ ਤੁਸੀਂ ਵੇਖਣੀ ਹੈ ਤਾਂ ਤੁਸੀਂ ਫਿਰ ਰਹਿਣ ਦਿਓ ਫਿਰ ਲਮੋਟੀ ਬੰਨ ਦਿਓ ਉਹਨੂੰ ਕੱਛੀ ਪਾ ਕੇ ਫੇਰੀ ਜਾਵੇ ਧੋਈ ਜਾਓ ਉਹ ਆਪੇ ਕੇ ਕੰਮ ਹੀ ਧੋ ਦਿੱਤਾ ਫਿਰ ਪੈਂਪਰ ਕੀ ਕਰਨਾ ਨਾਨਾ ਵਾਲਿਆਂ ਦੇ ਪੈਂਪਰ ਦਿਖਾਉਣਾ ਉਹ ਨਾਨਾ ਦੀ ਦੁਕਾਨ 'ਤੇ ਫਿੱਟ ਉੜ ਜਾਓ ਉੱਥੇ ਲਾ ਕੇ ਕੱਢ ਕੇ ਤੁਹਾਨੂੰ ਦੇਗਾ ਨਾਨਾ ਵਾਲਾ ਕਿਹੜਾ ਨਾਨਾ ਨੇ ਪੈਂਪਰ ਨਾਨਾ ਵਾਲੇ ਮੇਰੇ ਕੋਲ ਬਾਕਰ ਆਣੀ ਵਾਲੇ ਹੈ ਵਾ ਮੇਰੇ ਕੋਲ ਨਾਨਾ ਵਾਲੇ ਨਹੀਂ ਹੈ ਨਾਨਾ ਚਨੇ ਵਾਲੇ ਨਹੀਂ ਹੁੰਦੇ ਨਾਨਾ ਚਨੇ ਵਾਲੇ ਮੇਰੇ ਕੋਲ ਨਹੀਂ ਹੈਗੇ ਬੀਬੀ ਕੀ ਹੋ ਗਿਆ ਪੈਂਪਰ ਕਿਹੜਾ ਆਉਂਦਾ ਵਾ ਜਿਹੜਾ ਨਾਨਾ ਚਨਿਆਂ 'ਚ ਹੁੰਦਾ ਵਾ ਉਹ ਵੀ ਦੱਸੇਗਾ ਐਂ ਵਾਲਾ ਨਹੀਂ ਨਹੀਂ ਨਾਨਾ ਪਾਰਟੀਗਰ ਵਾਲਾ ਇਹ ਨਾਨਾ ਸਮਾਲਟੀ ਕਹੋ ਨਾ ਮੈਨੂੰ ਸਮਝ ਆਵੇ ਤੁਸੀਂ ਨਾਨਾ ਨਾਨਾ ਹੀ ਕਹੀ ਜਾਂਦੇ ਹੋ ਮੈਂ ਇੰਨੀ ਦੇਰ ਤੇ ਤੈਨੂੰ ਨਾਨਾ ਨਾਨਾ ਕਹੀ ਜਾਣ ਤੂੰ ਅੱਗੋਂ ਮੈਨੂੰ ਨਾਨਾ ਕਹੀ ਜਾਣ ਉਹ ਸਵਾਨ ਡਿੱਗ ਪਈ ਉਹ ਮੈਂ ਕਿਹਾ ਔਰ ਤੁਸੀਂ ਜਿੰਨੇ ਦੇ ਆਇਓ ਮੈਨੂੰ ਲੱਗਦਾ ਬਾਹਰ ਨਹੀਂ ਆਇਆ ਵੀ ਨਾਲ ਲੈ ਆਇਓ ਬੜੋ ਹੈ ਜੀ ਅੱਛਾ ਹੁਣ ਨਾਨਾ ਨਾਨਾ ਦਾ ਜ਼ੋਰ ਸੀਗਾ ਇਹ ਕਿੰਨੇ ਦਾ ਪੈਕਟ ਹੈ ਆਪਣਾ ਇਹ ਵਾਲਾ ਪੈਕਟ ਜੀ 2200 ਰੁਪਏ ਦਾ ਕਿੰਨੇ ਦਾ 2200 ਦਾ ਫੋਏ ਇਹ 2200 ਦਾ ਜੀ ਆ ਜਿਹੜਾ ਵਾ ਕੈਨ ਬੇਬੀ ਦਾ ਇਹ 2750 ਰੁਪਏ ਦਾ ਵਾ ਕਿਉਂ ਕੀ ਗੱਲ ਹੋ ਗਈ ਤੇ ਆਪਣਾ ਅੱਧਾ ਅਗਰ ਲੈਣਾ ਹੋਵੇ ਤੇ ਅੱਧਾ ਤੁਸੀਂ ਆਪੇ ਵੇਖ ਲਓ ਕਿੰਨਾ 1300 ਰੁਪਏ ਦਾ ਤੇ ਉਸ ਤੋਂ ਥੋੜਾ ਕਿਹੜਾ ਹੁੰਦਾ ਵਾ ਮਤਲਬ ਖੈਰ ਤੁਸੀਂ ਪੀਸ ਵੱਖਰੇ ਵੱਖਰੇ ਲੈ ਸਕਦੇ ਹੋ ਖੁੱਲੇ ਵੀ ਮਿਲ ਜਾਂਦੇ ਆ ਹੁਣ ਤੁਸੀਂ ਮੈਨੂੰ ਦੱਸਣਾ ਵਾ ਕਿ ਲੈਣਾ ਕਿਹੜਾ ਵਾ ਬਸ ਉਹ ਦੱਸਣਾ ਨਾਨਾ ਵੀ ਤੁਹਾਡਾ ਆ ਗਿਆ ਵਾ ਅੱਛਾ ਅੱਛੇ ਵਾਲਾ ਪੈਂਪਰ ਹੋਵੇ ਅੱਛੇ ਵਾਲਾ ਅੱਛੇ ਵਾਲਾ ਮਤਲਬ ਕੀ ਪੈਂਪਰ ਹੋਵੇ ਚਾਹ 'ਚ ਭਿਓ ਕੇ ਖਾਣਾ ਵਾ ਅੱਛਾ ਇਹ ਬੰਦੇ ਮੁੰਡੇ ਨੂੰ ਨਾਲ ਲੈਣਾ ਨਹੀਂ ਮੁੰਡੇ ਨੂੰ ਕੁੜੀ ਨੂੰ ਲਾਉਣਾ ਉਹ ਕੁੜੀ ਮੁੰਡਾ ਬੱਚਿਆਂ ਨੂੰ ਯਾਨੀ ਲਾਉਣਾ ਲੈਣਾ ਲਾਓ ਤੇ ਜ਼ਿਪ ਲੱਗੀ ਇਹਦੇ ਮਤਲਬ ਪੈਂਟ ਲੈ ਰਹੇ ਹੋ ਮੇਰੇ ਕੋਲੋਂ ਕਿ ਜ਼ਿਪ ਲੱਗੀ ਪੈਂਪਰ ਨੂੰ ਕਿਹੜੀ ਜ਼ਿਪ ਹੁੰਦੀ ਬੀਬੀ ਮੈਨੂੰ ਇਹ ਦੱਸ ਦੇ ਪਹਿਲੇ ਕਰੇਗਾ ਨਾ ਜਦੋਂ ਜ਼ਿਆਦਾ ਭਰ ਜਾਏਗਾ ਲੀਕ ਹੋਏਗਾ ਲੀਕ ਦੀ ਗਰੰਟੀ ਤੇ ਆਈ ਹੈ ਕਿ 6-7 ਘੰਟੇ ਲਾਓ ਤੇ ਨਹੀਂ ਹੁੰਦਾ 2-3 ਪਿਸ਼ਾਬ ਬੱਚਾ ਵਿੱਚ ਕਰ ਲੈ ਕੁਛ ਨਹੀਂ ਹੁੰਦਾ ਅੱਛਾ ਹੁਣ ਪੋਟੀ ਕਰੇਗਾ ਤੇ ਉਹ ਤੇ ਚੇਂਜ ਕਰਨਾ ਪਏਗਾ ਕਿ ਉਹ ਵੀ 7-8 ਘੰਟੇ ਰੱਖੇਗੀ ਰੈਸ਼ਸ ਹੋ ਜਾਣਗੇ ਬੱਚਿਆਂ ਨੂੰ ਉਹ ਤੂੰ ਲੰਗੋਟਾਂ ਵਾਲੀ ਬੀਬੀ ਆ ਤੂੰ ਲੰਗੋਟ ਲਾ ਜਾ ਕੇ ਉਹਨੂੰ ਛੱਡ ਦੇ ਤੇ ਆ ਪੈਂਪਰਾਂ ਨਾਲ ਕੋਈ ਕੰਮ ਨਹੀਂ ਭੈਣ ਮੇਰੀ ਇਹ ਤੁਸੀਂ ਇੰਜ ਕਰੋ ਇਹਦੇ 'ਚੋਂ ਇਹ ਪੈਕਟ ਖੋਲ ਕੇ ਨਾ ਤੇ ਇੱਕ ਪੈਂਪਰ ਦੇ ਦਿਓ ਠੀਕ ਹੈ ਇੱਕ ਆ ਪੈਂਪਰ ਖੋਲ ਕੇ ਹਾਂਜੀ 2000 ਰੁਪਏ ਦਾ ਪੈਕਟ ਆ ਤੇ ਤੈਨੂੰ ਇੱਕ ਪੈਂਪਰ ਦੇ ਆ ਤੇ ਇੱਕ ਪੈਂਪਰ ਵੈਸੇ ਜਾ ਕੇ ਪਰਚੂਨ ਦੀ ਦੁਕਾਨ ਤੋਂ ਲੈ ਲੈ ਬੀਬੀ ਤੂੰ ਪਤਾ ਨਹੀਂ ਕਿੱਥੇ ਆ ਗਈ ਮਜ਼ਬੂਤ ਚਾਹੀਦਾ ਤੂੰ ਲੈਂਟਰ ਪਾਉਣਾ ਪੈਂਪਰਾਂ ਦਾ ਨੇਕ ਵੀ ਨਾ ਹੋਵੇ ਅਸਲ 'ਚ ਬਾਈ ਨੂੰ ਗੁੱਸਾ ਨਾ ਕਰੋ ਮੇਰੀ ਗੱਲ ਦਾ ਬਾਲ ਸਾਹਿਬ ਨੇ ਬਿਮਾਰ ਅੱਛਾ ਤੇ ਉਹ ਮੰਜੀ ਤੋਂ ਉੱਠ ਫਿਰ ਨਹੀਂ ਸਕਦੇ ਅੱਛਾ ਤੇ ਸਾਰੇ ਆਪਣੇ ਮਾਂ ਪਿਓ ਦੀ ਖਿਦਮਤ ਕਰਦੇ ਨੇ ਨਹੀਂ ਕਿ ਉਹਨਾਂ ਦਾ ਰਾਤ ਕਰਨੀ ਚਾਹੀਦੀ ਕਰਨੀ ਫਰਜ਼ ਹੈ ਸਾਡਾ ਬਿਲਕੁਲ ਤੇ ਇਹ ਵੀ ਕਿ ਬਾਲ ਸਾਹਿਬ ਵਾਸਤੇ ਨਾ ਪੈਂਪਰ ਚਾਹੀਦਾ ਉਹ ਪੈਂਪਰ ਬਾਲ ਸਾਹਿਬ ਵਾਸਤੇ ਚਾਹੀਦਾ ਬਿਮਾਰ ਨੇ ਹਾਂਜੀ ਤੇ ਲੈਣ ਬੱਚਿਆਂ ਦਾ ਆ ਗਈ ਹੈ ਮੈਂ 5-6 ਜੋੜ ਕੇ ਬਾਈ ਨੂੰ ਲਾਉਣੇ ਆ ਨਹੀਂ ਨਹੀਂ ਪਾਥੀਆਂ ਵਰਗੇ ਲਾਉਣੇ ਆ ਬਾਈ ਨੂੰ ਐਂ ਕਰਕੇ ਬਾਈ ਦੇ ਸਾਈਜ਼ ਦਾ ਪੈਂਪਰ ਦਿਖਾਓ ਉਹ ਮੈਡੀਕਲ ਸਟੋਰ ਤੇ ਜਾ ਉਹ ਮੈਡੀਕੇਟਡ ਲੱਭਦੇ ਨੇ ਉਹ ਲਿਖ ਕੇ ਡਾਕਟਰ ਦਿੰਦਾ ਵੱਡਾ ਪੈਂਪਰ ਹੁੰਦਾ ਉਹ ਲੈ ਉਹ ਸਾਈਜ਼ ਉਹਨਾਂ ਨੇ ਭੇਜਿਆ ਉਹ ਕਹਿੰਦੇ ਪੈਂਪਰਾਂ ਵਾਲੀ ਦੁਕਾਨ ਤੋਂ ਤੁਹਾਨੂੰ ਮਿਲੇਗਾ
ਹੁਣ ਐਡਾ ਵੱਡਾ ਪੇਪਰ ਨਹੀਂ ਹੈਗਾ ਦਿਖਾਓ ਦਿਖਾਓ ਜੇ ਨਾ ਹੋਵੇ ਤੇ ਫਿਰ ਮੈਂ ਨਹੀਂ ਹੋਏਗਾ ਹੋਏਗਾ ਚੈੱਕ ਕਰੋ ਯਾਰ ਫੁੱਲ ਸਾਈਜ਼ ਪੇਪਰ ਹੈਗਾ ਵੱਡਿਆਂ ਦਾ ਉਹ ਵੀ ਵਹਾ ਦੇ ਯਾਰ ਇੱਕ ਬਾਜੀ ਪਤਾ ਨਹੀਂ ਲੈਣ ਘਰੋਂ ਕੀ ਆ ਰਹੀ ਮੇਰੀ ਸਮਝ ਤੋਂ ਬਾਹਰ ਆ ਫੁੱਲ ਸਾਈਜ਼ ਆ ਗਿਆ ਕੀ ਨੰਬਰ ਆ ਲਓ ਜੀ ਆ ਰਾਹਤ ਵਾਲਿਆਂ ਦਾ ਫੁੱਲ ਸਾਈਜ਼ ਅੱਬਾ ਇਹਨੂੰ ਲਾਓ ਅਤੇ ਭਾਵੇਂ ਜੇ ਆ ਕੇ ਹੁਣ ਹਾਥੀ ਨੂੰ ਲਾ ਦਿਓ ਇਹ ਆ ਜਾਣਾ ਵਾ ਅੱਛਾ ਇਹ ਅਬਾਈ ਦੇ ਸਾਈਜ਼ ਦਾ ਹੋਏਗਾ ਮੈਨੂੰ ਹੁਣ ਤੇਰੇ ਅਬਾਈ ਦਾ ਪਤਾ ਹੀ ਨਹੀਂ ਕਿ ਕੀ ਸਾਈਜ਼ ਆ ਤੇਰੇ ਅਬਾਈ ਦਾ ਐਡਾ ਵਾ ਐਡਾ ਵਾ ਐਡਾ ਵਾ ਇੰਜ ਵਾ ਮਾੜਾ ਵਾ ਕਿੰਜ ਦਾ ਮੰਜੀ ਤੇ ਪਿਆ ਵਾ ਕਿੰਜ ਦਾ ਵਾ ਇਹ ਫੋਟੋ ਖਿੱਚ ਕੇ ਲਿਆਂਦੀ ਮੋਬਾਈਲ 'ਚ ਕਦ ਸ਼ਾਇਦ ਅਬਾਈ ਦਾ ਤੁਹਾਡੇ ਵਰਗਾ ਅੱਛਾ ਤੇ ਡਿਲਡੋਲ ਵੀ ਤਕਰੀਬਨ ਤੁਹਾਡੇ ਇੰਜ ਕਹੋ ਆਪਣੇ ਸਾਈਜ਼ ਦਾ ਦੇ ਦਿਓ ਤੁਸੀਂ ਉਹ ਐਵੇਂ ਮੇਰੇ ਹੱਥਾਂ ਨਾਲ ਮੈਨੂੰ ਵੀ ਨਾ ਸਿਰੋਂ ਲੈ ਲਈ ਮਾੜਾ ਕਿੰਨਾ ਹੋ ਗਿਆ ਮੰਜੀ ਤੇ ਪਿਆ ਉਹ ਦੱਸ ਦੇ ਮੈਨੂੰ ਤੁਹਾਡੇ ਤੇ ਲਾਣਾ ਕਿੰਨੇ ਉਹਨੂੰ ਅਬਾਈ ਨੂੰ ਅਬਾਈ ਨੂੰ ਭਰਾ ਨਹੀਂ ਲਾਣਾ ਮੇਰੇ ਨੇ ਅੱਛਾ ਫੇਰ ਠੀਕ ਆ ਹੁਣ ਇਹ ਲੈਣਾ ਵਾ ਹਾਂਜੀ ਇਹ ਤੁਸੀਂ ਅਸਲ 'ਚ ਨਾ ਇਹਨਾਂ ਨੂੰ ਪਾ ਕੇ ਪਹਿਲੇ ਚੈੱਕ ਕਰਕੇ ਤੁਹਾਨੂੰ ਫੇਰ ਦੱਸਣਾ ਇਹ ਨਾ ਹੋਵੇ ਮੇਰਾ ਆਈਡੀ ਦੂਰੋਂ ਸਫ਼ਰ ਲੱਗੇ ਤੇ ਮੈਂ ਬਜ਼ੁਰਗ ਆਦਮੀ ਨੇ ਤੁਹਾਨੂੰ ਪਤਾ ਫਿਰ ਉਹਨਾਂ ਨੂੰ ਪ੍ਰੋਬਲਮ ਹੁੰਦੀ ਹੈ ਮੈਂ ਪਾ ਕੇ ਚੈੱਕ ਕਰਕੇ ਤੇ ਦੇਣਾ ਅਸਲ 'ਚ ਅਬਾਈ ਦਾ ਡੇਲਡੋਲ ਤੁਹਾਡੇ ਕੋਲ ਵਰਗਾ ਨਾ ਉਹ ਬੇਬੇ ਮੈਨੂੰ ਇਹ ਦੱਸ ਦੇ ਪੈਂਪਰ ਲੈਣ ਆਈ ਹੈ ਘਰੋਂ ਅੱਬਾ ਜੀ ਵਾਸਤੇ ਜਾਂ ਅੱਬਾ ਜੀ ਵਾਸਤੇ ਕੱਛਾ ਲੈਣ ਆਈ ਆ ਜਿਹੜਾ ਮੈਂ ਪਾ ਕੇ ਤੈਨੂੰ ਚੈੱਕ ਕਰਕੇ ਵੀ ਦੇਣਾ ਵਾ ਉਹ ਪੈਂਪਰ ਆ ਇਹ ਉੱਥੇ ਜਾ ਕੇ ਲੱਗਣਾ ਵਾ ਫੁੱਲ ਸਾਈਜ਼ ਆ ਮੀਡੀਅਮ ਦੋ ਲੱਭਦੇ ਆ ਉਹਦੇ ਵਿੱਚ ਵੱਡਿਆਂ ਦੇ ਅੱਛਾ ਇਹ ਲੀਕ ਤੇ ਨਹੀਂ ਕਰਦਾ ਕਿਉਂ ਲੀਕੇਜ ਵਗੈਰਾ ਤੇ ਨਹੀਂ ਹੈ ਤੇ ਟੂਟੀ ਦਿਨ ਮੰਡੇ ਹੁੰਦੇ ਜਿਹੜੀ ਲੀਕ ਕਰ ਜਾਣੀ ਨਹੀਂ ਨਹੀਂ ਵੈਸੇ ਉਹ ਜੇ ਬਹੁਤੀ ਦੇਰ ਲੱਗਾ ਰਹੇਗਾ ਤੇ ਹੋਏਗੀ ਨਹੀਂ ਨਹੀਂ ਭਾਈ ਵੈਸੇ ਲੀਕ ਤੇ ਨਹੀਂ ਕਰਦਾ ਉਹ ਐਂਜ ਗਰੰਟੀ ਹੈ ਦੀ ਨਹੀਂ ਕਰਦਾ ਇੱਕ ਦੋ ਤਿੰਨ ਪਿਸ਼ਾਬਾਂ ਨਾਲ ਨਹੀਂ ਕਰਦਾ ਸਾਰੀ ਦਿਹਾੜੀ ਲਾਏਗੀ ਤੇ ਲੀਕ ਕਰੇਗਾ ਕਿ ਉਹ ਮੈਂ ਚੈੱਕ ਕਰਨਾ ਮੈਨੂੰ ਪਾਣੀ ਦਾ ਗਲਾਸ ਦਿਓ ਮੈਂ ਪਾ ਕੇ ਚੈੱਕ ਕਰਾਂ ਹੈ ਪਾਣੀ ਦਾ ਗਲਾਸ ਇਹਨੂੰ ਪਿਉਣਾ ਕਿ ਆਪ ਪੀਣਾ ਵਾ ਚੈੱਕ ਕਰਨਾ ਕਿ ਲੀਕ ਤੇ ਨਹੀਂ ਕਰਦਾ ਕਿਤੇ ਉੱਥੇ ਅੱਬਾ ਜੀ ਤੁਹਾਨੂੰ ਪਤਾ ਫਿਰ ਉਹਨਾਂ ਨੂੰ ਇਨਸਪੈਕਸ਼ਨ ਕਰਨ ਆਈ ਹੈ ਮੇਰੀ ਇੱਥੇ ਕਿ ਕੋਈ ਸ਼ਾਇਦ ਲੀਕ ਹੁੰਦੀ ਹੈ ਜਾਂ ਨਹੀਂ ਹੁੰਦੀ ਹੈ ਕੀ ਚੱਕਰ ਆ ਮੈਨੂੰ ਇਹ ਦੱਸ ਦੇ ਪਹਿਲੇ ਅੱਛਾ ਗਿੱਲੇ ਟਿਸ਼ੂ ਹੈਗੇ ਨੇ ਗਿੱਲੇ ਟਿਸ਼ੂ ਉਹ ਗਿੱਲੇ ਟਿਸ਼ੂ ਵੀ ਹੈਗੇ ਨੇ ਕਿ ਹੈਗੇ ਨੇ ਐਵੇਂ ਐ ਨੇ ਵੈਟ ਟਿਸ਼ੂ ਐ ਨੇ ਕੀ ਗਈ ਦਾ ਵੈਟ ਟਿਸ਼ੂ ਵੈਟ ਟਿਸ਼ੂ ਉਹ ਆ ਗਿੱਲੇ ਹੋ ਸੌਫਟ ਉਹ ਸੌਫਟ ਵਾਲਿਆਂ ਦੇ ਗਿੱਲੇ ਹੀ ਨੇ ਅੱਛਾ ਦੂਸਰੇ ਟਿਸ਼ੂ ਵੀ ਹੈਗੇ ਨੇ ਦੂਜੇ ਕਿਹੜੇ ਆ ਉਹ ਉੱਤੇ ਉਹ ਲੱਗੇ ਹੋਏ ਐ ਲੱਗੇ ਹੋਏ ਪਰ ਟਿਸ਼ੂ ਲਪੇਟ ਕੇ ਇੱਕ 7-Up ਦੀ ਬੋਤਲ ਮੰਗਾ ਜਿੰਨੀ ਗਰਮੀ ਹੈ ਬਹੁਤ ਪਿਆਸ ਨੇ ਮੈਂ ਨਾ ਤੇਰੇ ਸਿਰ 'ਚ ਬੀਬੀ ਆ ਕੱਢ ਮਾਰਨਾ ਤੂੰ ਲੈਣ ਅਸਲ ਕੀ ਆਈ ਹੈ ਹੁਣ ਤੂੰ ਪੈਂਪਰਾਂ ਤੋਂ ਟੁਰੀ ਹੈ ਤੇ ਤੂੰ ਹੁਣ ਟਿਸ਼ੂਆਂ ਦੇ ਆ ਗਈ ਟਿਸ਼ੂਆਂ ਤੋਂ ਤੂੰ ਲਪੇਟ ਕੇ ਤੇ ਬੋਤਲ ਪੀਣ ਦੇ ਆ ਗਈ ਹੈ ਚਾਹਨੇ ਕੀ ਹੈ ਮੈਨੂੰ ਇਹ ਦੱਸ ਦੇ ਫਾਈਨ ਪੈਂਪਰ ਲੈਣੇ ਨੇ ਤੇ ਪੈਂਪਰ ਹੀ ਲੱਗੇ ਆ ਭੈਣ ਮੇਰੀ ਇਹ ਹੋਰ ਤੈਨੂੰ ਚਾਹੀਦਾ ਕੀ ਹੈ ਮੈਨੂੰ ਇਹ ਦੱਸ ਦੇ ਕੋਈ ਲੈਣਾ ਵੀ ਆ ਕਿ ਨਹੀਂ ਲੈਣਾ ਤੁਸੀਂ ਇੰਜ ਕਰੋ ਇੱਕ ਪੈਂਪਰ ਇਹਦੇ 'ਚੋਂ ਕੱਢ ਦਿਓ ਇੱਕ ਇਹਦੇ 'ਚੋਂ ਕੱਢ ਦਿਓ ਇੱਕ ਉਹਦੇ 'ਚੋਂ ਕੱਢ ਇੱਥੋਂ ਐਂ ਫੜ ਤੇ ਨਿਕਲਣ ਵਾਲੀ ਕਰ ਇੱਥੇ ਕੋਈ ਪੈਂਪਰ ਇੱਕ ਇੱਕ ਤੈਨੂੰ ਮੈਂ ਕਿੱਥੋਂ ਕੱਢ ਕੇ ਦੇ ਦਿਆਂ ਹੈ ਇਹ ਮੈਨੂੰ ਦੱਸ ਦੇਣਾ ਕਿੱਥੋਂ ਕੱਢ ਕੇ ਇੱਕ ਇੱਕ ਦੇ ਦਿਆਂ ਫਾਈਨ ਇੱਕ ਇੱਕ ਦਾ ਮਤਲਬ ਇਹ ਵਿੱਚ ਸਾਰੀਆਂ ਕੰਪਨੀਆਂ ਇੱਕ ਦਫਾ ਚੈੱਕ ਹੋ ਜਾਣਗੀਆਂ ਉਹ ਫਿਰ ਜਿਹੜੀ ਅੱਛੀ ਹੋਏਗੀ ਉਹਦੇ ਫਿਰ ਦੱਸ ਕੇ ਭੈਣ ਮੇਰੀ ਪਰਚੂਨ ਵਾਲੀ ਦੁਕਾਨ ਤੇ ਜਾ ਉਹਦੇ ਕੋਲ ਸਾਰੇ ਹੁੰਦੇ ਨੇ ਇੱਕ ਇੱਕ ਪੀਸ ਲੈ ਕੇ ਚੈੱਕ ਕਰ ਲੈ ਉਹ ਇੱਕ ਇੱਕ ਵੱਖਰਾ ਲੈ ਕੇ ਜਾਣੀ ਹੈ ਇਹਦਾ ਪਲਾ ਤੇ ਨਹੀਂ ਬਣਾਉਣਾ ਪੈਂਪਰ ਪਲਾ ਹੈ ਉਹ ਕੀ ਵੇਖੀ ਜਾਂਦੀ ਹੈ ਅੱਛਾ ਜਾਮੇ ਸ਼ੀਰੀ ਵਾਲਿਆਂ ਦੇ ਪੈਂਪਰ ਹੈਗੇ ਨਾ ਕੀ ਗੱਲ ਆ ਅੱਬਾ ਜੀ ਨੂੰ ਐਲਰਜੀ ਹੋਈ ਦੀ ਹੈ ਉਹ ਵਾਲੇ ਚੜਾਉਣੇ ਅੱਬਾ ਜੀ ਨੂੰ ਹੈ ਮੈਨੂੰ ਤਾਂ ਆਖਣਾ ਜਾਮੇ ਸ਼੍ਰੀ ਕਾਹਦੇ ਵਾਸਤੇ ਚਾਹੀਦਾ ਵਾ ਐਡੀ ਅੱਬਾ ਜੀ ਦੀ ਤਬੀਅਤ ਕਿਹੜੀ ਹੋਈ ਬਈ ਪਿਆਸੀ ਜਿਹੀ ਦੱਸੇ ਕਰਸ਼ੀ ਵਾਲਿਆਂ ਦਾ ਹੈਗਾ ਉਹਦੇ ਦਿਆਂ ਨਹੀਂ ਨਹੀਂ ਕਰਸ਼ੀ ਵਾਲਿਆਂ ਦੀਆਂ ਤਾਂ ਦਵਾਈਆਂ ਹੁੰਦੀਆਂ ਬਾਹਰ ਅਤੇ ਜਾਮੇ ਸ਼੍ਰੀ ਵਾਲਿਆਂ ਦਾ ਕੀ ਹੁੰਦਾ ਹਮਦਰਦ ਵਾਲਿਆਂ ਦੀ ਦੇ ਦਿਆਂ ਨਹੀਂ ਨਹੀਂ ਅੱਬਾ ਜੀ ਮੰਜੀ ਦਿਨ ਮਤਲਬ ਕੋਈ ਕੰਮ ਦਰਦਾ ਲੈ ਕੰਮ ਆ ਜਾਂ ਦੁਆ ਨੇ ਮੈਨੂੰ ਦਰਦ ਨਹੀਂ ਹੈਗੀ ਉਹ ਸਿਰਫ ਵਾਸ਼ਰੂਮ ਵਗੈਰਾ ਜਿਹੜਾ ਨਾ ਉਹ ਕਰਦੇ ਨੇ ਤੇ ਉਹਦੀ ਵਜ੍ਹਾ ਤੋਂ ਨਾ ਪੈਂਪਰ ਚਾਹੀਦਾ ਕੋਈ ਉਹ ਤੇ ਕੰਮ ਭਾਈ ਤੁਹਾਡੀ ਮਿਹਰਬਾਨੀ ਤੁਸੀਂ ਮਿਹਰਬਾਨੀ ਆਸਾਨ ਹੈ ਤੁਹਾਡਾ ਇੱਕ ਦਫਾ ਤੁਸੀਂ ਪਾ ਕੇ ਮੈਨੂੰ ਚੈੱਕ ਕਰਕੇ ਉਹ ਮੈਂ ਪਾ ਕੇ ਕੀ ਕੱਛਾ ਵਾ ਜਿਹੜਾ ਤੈਨੂੰ ਮੈਂ ਪਾ ਕੇ ਦੇਣਾ ਪੈਂਪਰ ਕਿਹੜਾ ਪਾ ਕੇ ਚੈੱਕ ਹੁੰਦਾ ਵਾ ਤੇ ਲੱਗਦਾ ਵਾ ਭਾਈ ਮੇਰਾ ਆਈਡੀ ਦੂਰੋਂ ਚੱਕਰ ਲੱਗੇਗਾ ਮੈਂ ਭਲਾ ਪੈ ਜਾਇਓ ਵੀ ਕਿਉਂ ਦਿਮਾਗ ਖਾਣ ਡਈ ਹੈ ਮੇਰਾ ਪੈਂਪਰ ਲੱਗਦਾ ਵਾ ਐਂ ਕਰਕੇ ਉਹ ਇੱਕ ਵਾਰੀ ਲੱਗ ਗਿਆ ਖਰਾਬ ਹੋ ਗਿਆ ਤੈਨੂੰ ਮੈਂ ਚੈੱਕ ਕਰਕੇ ਮਹਾ ਆਪਾ ਤੇਰਾ ਮੇਰੇ ਸਾਈਜ਼ ਦਾ ਵਾ ਐਵੀਂ ਅੰਮੀ ਕੋਈ ਛਿੱਤਰ ਨਾ ਖਾ ਲਈ ਗਿਆ ਕਿ ਅੱਬੇ ਦੇ ਸਾਈਜ਼ ਦਾ ਬੰਦਾ ਹੈਗਾ ਵਾ ਉੱਥੇ ਭਾਈ ਨੂੰ ਗੁੱਸਾ ਕਿਉਂ ਕਰੀ ਯਾਰ ਮੈਂ ਤਾਂ ਗੁੱਸਾ ਨਾ ਕਰਾਂ ਹੋਰ ਤੇਰੀ ਗੱਲ ਦਾ ਮੈਂ ਕੀ ਕਰਾਂ ਜਿੰਨੇ ਤੂੰ ਕੰਮ ਕਰਨ ਡਈ ਆ ਪੈਪਰ ਲੈਣ ਆਈ ਤੇ ਕੱਛਿਆਂ ਦੇ ਆ ਗਈ ਤੂੰ ਅੱਛਾ ਇਹ ਕਿੰਨੇ ਦਾ ਹੈ ਜਿਹੜਾ ਤੈਨੂੰ ਦੱਸਿਆ 2200 ਰੁਪਏ ਦਾ ਵਾ ਰਾਕਟ ਤੇ ਅੱਧਾ ਅਗਰ ਲੈਣਾ ਹੋਵੇ ਤੇ ਅੱਧਾ 1100 ਦਾ ਹੁਣ ਤੇਰੇ ਕੋਲ 1100 ਵੀ ਨਹੀਂ ਨਿਕਲਣਾ ਉਹ ਚੀਜ਼ਾਂ ਚੁੱਕਣ ਤੇ ਨਹੀਂ ਆਈ ਬਾਜ਼ਾਰ ਬੀਬੀ ਭਲਾ ਪੈ ਜਾਈ ਮਤਲਬ ਪਤਾ ਲੱਗੇ ਤਿੰਨ ਪੈਂਪਰ ਹੀ ਗਿਆ ਵਾ ਮੇਰੇ ਨਹੀਂ ਨਹੀਂ ਤਿੰਨ ਨਹੀਂ ਇਹ ਸਾਰਿਆਂ 'ਚੋਂ ਨਾ ਇੱਕ ਇੱਕ ਕੱਟ ਦਿਓ ਸਿਰਫ ਉਹ ਇੱਕ ਇੱਕ ਮੈਂ ਕਿਉਂ ਕੱਢਦੇ ਤੇਰੇ ਘਰ ਦਾ ਵਾ ਤਾਂ ਸਵਾਦ ਬਣਾਉਣੀ ਇਹਨਾਂ ਦੀ ਇੱਕ ਇੱਕ ਸਜਾ ਕੇ ਰੱਖਣਾ ਤੂੰ ਹੈਂ ਇਹਦੇ ਤੋਂ ਵੱਡਾ ਸਾਈਜ਼ ਹੈਗਾ ਹੈਂ ਇਹ ਤੋਂ ਵੱਡਾ ਸਾਈਜ਼ ਕਿਹਦੇ ਤੋਂ ਇਹਦੇ ਇਸ ਤੋਂ ਵੱਡਾ ਸਾਈਜ਼ ਕੋਈ ਨਹੀਂ ਹੈਗਾ ਤੇਰਾ ਬੱਚਾ ਕਿੰਨੇ ਸਾਲ ਦਾ ਵਾ ਤੇਰੇ ਅੱਬਾ ਕਿੰਨੇ ਸਾਲ ਦਾ ਪਾ ਮੈਨੂੰ ਇਹ ਦੱਸ ਦੇ ਅੱਬਾ ਜੀ ਤੇ ਵਾਵਾ ਢੇਰ ਉਮਰ ਹੋ ਗਈ ਹੈ ਬੜੇ ਬਜ਼ੁਰਗ ਲੈ ਜਾਓ ਨਾਸਤੇ ਬੱਚਾ ਕਿੰਨੇ ਸਾਲ ਦਾ ਛੋਟਾ ਵਾ ਕਿ ਹੋਣਾ ਲਾ ਜੇ
ਕਿੰਨੀ ਕੁ ਮਹਿੰਗੇ ਪੈਂਪਰ ਮਿਲ ਜਾਣੇ? ਇੰਨੀ ਮਹਿੰਗਾਈ ਜਾਣਦੀ ਹੈ, ਜਦੋਂ ਤੱਕ ਤੇਰੇ ਯਾਰ ਅੱਲਾ ਨੇ ਖੁਸ਼ਖਬਰੀ ਸੁਣਾਉਣੀ ਹੈ ਨਾ, ਇਹ ਡਬਲ ਰੇਟ ਹੋ ਗਿਆ ਹੋਣਾ, ਚੱਲ ਭਲਾ ਪਵੇ। ਅੱਛਾ, ਨਾੜੇ ਵਾਲੇ ਪੈਂਪਰ ਵੀ ਹੈਗੇ ਨੇ? ਨਾੜੇ ਵਾਲੇ ਪੈਂਪਰ ਕੀ ਗਲੀ 'ਚ ਟੰਗਣੇ ਆ, ਝੰਡੀਆਂ ਲਾਉਣੀਆਂ ਆਉਣਾ ਕਿਸੇ ਨੇ? ਉਹ ਨਾੜੇ ਵਾਲਾ ਪੈਂਪਰ ਘਿਨਾਉਂਦਾ ਚਲੀ ਜਾ ਬੀਬੀ, ਤੇਰੀ ਮਿਹਰਬਾਨੀ, ਅੱਲਾ ਭਲਾ ਪਵੇ। ਜਾ ਆਪਾਂ ਜੀ ਉੱਠ ਕੇ ਤੁਰਨ ਫਿਰਨ ਤੇ, ਅੱਬਾ ਜੀ ਤੇਰੇ ਨਹੀਂ ਉੱਠਣਾ, ਜਿਹੜੇ ਪੈਂਪਰਾਂ ਦੇ ਆ ਗਏ ਨਹੀਂ ਉੱਠਣਾ, ਚੱਲ ਨਾ। ਕਿਸ ਤਰ੍ਹਾਂ ਦੀਆਂ ਗੱਲਾਂ ਕਰਨ ਡੇ ਆਪਾਂ ਜੀ? ਮੈਂ ਕਹਿ ਰਹੀ ਹਾਂ ਕਿ ਅੱਲਾ ਅੱਲਾ ਕਰਕੇ ਮੰਜੀ ਤੋਂ ਉੱਠਣਾ ਆਪਾਂ ਜੀ, ਕੋਈ ਜਾਣੇ ਉਹਨਾਂ ਨੇ ਨਹੀਂ ਉੱਠਣਾ। ਜਿੰਨੀ ਦੀਆਂ ਤੇਰੀਆਂ ਰਖਦਾ ਮੈਨੂੰ ਲੱਗਦਾ ਤੂੰ ਮੈਨੂੰ ਵੀ ਮੰਜੀ 'ਤੇ ਪਾ ਦੇਣਾ। ਨਿਕਲ ਜਾ ਇੱਥੋਂ, ਮੈਂ ਤੈਨੂੰ ਕਹਿਣ ਡਿਆ ਚਾਹਵਾਂ ਨਿਕਲ।